ਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸੁਬਹਾ ਸੁਬਹਾ ਦਾ ਟਾਈਮ ਆ, ਮੰਡੀ ਜਾਣਾ ਸੀਗਾ। ਮੰਡੀ ਜਾਣ ਤੋਂ ਪਹਿਲੇ ਮੈਂ ਕਿਹਾ ਇਹਨਾਂ ਨੂੰ ਮੈਂ ਪਾਣੀ ਛਾਣੀ ਪਾ ਦਿਆਂ। ਅੱਜ ਤੋਤੇ ਦੀ ਇੱਕ ਸ਼ਹਿ ਰਹਿ ਗਈ ਆ, ਮੈਨੂੰ ਮਟਰ ਨਹੀਂ ਲੱਭੇ। ਕੱਲ੍ਹ ਚੇਤਾ ਨਹੀਂ ਰਿਹਾ, ਮੰਡੀਓਂ ਮੈਂ ਆਉਂਦਾ ਸਬਜ਼ੀਆਂ ਲੈ ਕੇ ਆਇਆ ਸੀਗਾ ਅਤੇ ਇਹਦੇ ਲਈ ਮਟਰ ਨਹੀਂ ਮੈਨੂੰ ਚੇਤਾ ਰਿਹਾ ਲੈ ਕੇ ਆਉਣ ਦਾ। ਹੁਣ ਮਟਰ ਅੱਜ ਵਾਪਸੀ ਦੇ ਇਹਦੇ ਵਾਸਤੇ ਮੈਂ ਲੈ ਆਵਾਂਗਾ। ਅਤੇ ਅੱਜ ਕੱਲ੍ਹ ਬਹੁਤ ਬੋਲਦਾ ਵਾ। ਸੁਬਹਾ ਸੁਬਹਾ ਜਦੋਂ ਮੈਂ ਉੱਠਦਾ ਵਾ ਨਾ, 6 ਵਜੇ ਇਹ ਟੈਂ ਟੈਂ ਸ਼ੁਰੂ ਕਰ ਦਿੰਦਾ ਵਾ। ਇਹਨਾਂ ਨੂੰ ਮੈਂ ਆਪਣੇ ਲਾਗੇ ਹੀ ਰੱਖਿਆ ਹੁੰਦਾ। ਕੱਲ੍ਹ ਨੂੰ ਇਹਨਾਂ ਦਾ ਸਮਾਨ ਵਧਾਉਣ ਲੱਗਾ, ਇੱਕ ਪਿੰਜਰਾ ਹੋਰ ਲਿਆਉਣਾ ਵਾ, ਆਹ ਬਰਡਸ ਛੋਟੇ ਲੈ ਕੇ ਆਉਣੇ ਆ ਹੋਰ। ਆਹ ਮੈਨੂੰ ਪਤਾ ਲੱਗਾ ਵਾ ਕਿ ਭਾਅ ਜੀ ਇਹ ਹੀ ਨਹੀਂ ਸ਼ੀ ਆ, ਇਹ ਤੋਤਾ ਨਹੀਂ ਤੋਤੀ ਆ। ਇਹ ਕੱਲ੍ਹ ਹੀ ਨਵਾਂ ਨਵਾਂ ਹੀ ਖੁਲਾਸਾ ਹੋਇਆ ਵਾ। ਹੁਣ ਇਹਨੂੰ ਬੰਦਾ ਕੀ ਕਵੇ, ਤੋਤੀ ਉਹ ਤੋਤੀ ਜਾਂ ਤੋਤਾ ਤੋਤਾ ਕਰੇ। ਹੁਣ ਇਹਨੂੰ ਪਾਤਾ ਇੱਕ ਅਮਰੂਦ, ਹਰੀ ਮਿਰਚ ਨਾਲ ਧਨੀਆ ਥੋੜ੍ਹਾ ਜਿਹਾ। ਧਨੀਆ ਅੱਜ ਕੱਲ੍ਹ ਬਹੁਤ ਸ਼ੌਕ ਨਾਲ ਖਾਂਦੇ ਆ, ਅੱਜ ਕੱਲ੍ਹ ਬਿਸਕੁਟ ਬੜੇ ਸ਼ੌਕ ਨਾਲ ਖਾ ਰਿਹਾ। ਲੋ ਬਾਹਰੋਂ ਗੱਡੀ ਦਾ ਹਾਰਨ ਆ ਗਿਆ। ਆਇਆ ਮੈਂ, ਬਸ ਹੁਣ ਚੱਲ ਚੱਲੇ ਅਸੀਂ ਮੰਡੀ ਅਤੇ ਫਿਰ ਮੰਡੀ ਜਾ ਕੇ ਤੁਹਾਨੂੰ ਮਿਲਦੇ ਹਾਂ। ਫਾਈਨਲੀ ਜੀ ਮੰਡੀ ਅਸੀਂ ਪਹੁੰਚ ਆਏ ਹਾਂ। ਭਾਈ ਸ਼ਬੀਰ ਉਹਨਾਂ ਨੇ ਫੋਨ ਕਰਕੇ ਦੱਸਿਆ ਸੀਗਾ ਕਿ ਬਾੜੇ ਖਿੱਚਣ ਦੇ ਨੇ, ਪਮੈਸ਼ਾਂ ਆਉਂਦੀਆਂ ਵਾ। 100 ਬਾੜਾ ਟੋਟਲ ਲੱਗਣਾ, 100 ਬਾੜਾ ਮਤਲਬ ਕਿ ਜਿਹਦੇ ਵਿੱਚ 100 ਕਮਰਾ ਇੱਕ ਹਿਸਾਬ ਦਾ ਟੋਟਲ ਬਣਾਉਣਾ, ਜਿਹਦੇ ਵਿੱਚ ਉਹਨਾਂ ਨੇ ਜਾਨਵਰ ਜੂਨਵਰ ਰੱਖੇ ਹੁੰਦੇ। ਆ ਪਮੈਸ਼ਾਂ ਪਮੂਛਾਂ ਕਰਨ ਦੇ ਨੇ, ਇਹਨਾਂ ਤੋਂ ਕੋਈ ਪਮੈਸ਼ਾ ਕਰਵਾ ਲਈਏ ਫਿਰ ਤੁਹਾਨੂੰ ਦੱਸਦੇ। ਭਾਈ ਸ਼ਬੀਰ ਕਰਾਉਣ ਦੇ ਆ ਬਾੜਿਆਂ ਦੀ ਪਮੈਸ਼। ਉਹ ਦਫ਼ਤਰ ਆ, ਉਹ ਟੈਂਕੀ ਦੇ ਨਾਲ ਥੱਲੇ, ਅਤੇ ਉਹ ਪਿਛਲੇ ਪਾਸੇ ਉਹ ਵਾੜਿਆਂ ਦਾ ਸਮਾਨ ਪਿਆ ਵਾ, ਜਿਹੜੀ ਕੋਈ ਟੋਚ ਮੁਰੰਮਤ ਉਹਨਾਂ ਦੀ ਹੋਣ ਦੀ ਆ, ਉੱਥੇ ਬੰਦਾ ਕਰਨ ਦਿਆ। ਉੱਦਾਂ ਤਾਂ ਇੱਥੇ ਆ ਕੇ ਕਰਨ ਨੂੰ ਕੁਛ ਖਾਸ ਨਹੀਂ ਹੁੰਦਾ, ਉਹ ਜਿਹੜੀ ਪਿਛਲੀ ਕਿੱਕਰ ਨਜ਼ਰ ਆਉਂਦੀ ਨਾ ਤੁਹਾਨੂੰ, ਉੱਥੇ ਤੱਕ ਇਹ ਵਾੜੇ ਲੱਗਣੇ ਆ। ਇੱਧਰੋਂ ਉਹ ਕੰਟੀਨਾ ਕੰਟੂਨਾ, ਇਹ ਸਾਰਾ ਏਰੀਆ ਭਾਈ ਸ਼ਬੀਰ ਹੋਣਾ ਕੋਣਾ, ਟੋਟਲ 100 ਵਾੜਾ ਇਹਨਾਂ ਕੋਲ ਲੱਗਣਾ ਇੱਥੇ। ਅਤੇ ਇੱਧਰੋਂ ਅਗਰ ਪਿੱਛੇ ਧਿਆਨ ਮਾਰੀਏ ਤਾਂ ਉਹ ਤੁਹਾਨੂੰ ਟੈਂਟ ਨਜ਼ਰ ਆ ਰਹੇ ਹੋਣੇ ਦੂਰ ਤੱਕ, ਉੱਥੇ ਤੱਕ ਉੱਥੋਂ ਸ਼ੁਰੂ ਹੋਣਾ ਹੈ ਮਾਮਲਾ ਸਾਰਾ। ਇਹ ਬਸ ਹੁਣ ਪਮੈਸ਼ਾਂ ਪਮੂਸ਼ਾਂ ਹੋ ਚੱਲੀਆਂ, ਪਮੈਸ਼ਾਂ ਤੋਂ ਬਾਅਦ ਉਹ ਆਪਣਾ ਜਿਹੜੀ ਉਹ ਲੱਕੜ ਆ ਵਾੜਿਆਂ ਦੀ, ਉਹਨਾਂ ਦੀ ਟੁੱਚ ਮੁਰੰਮਤ ਦਾ ਕੰਮ ਹੋਣ ਦਿਆ ਵਾ। ਕੁਛ ਨਵੀਂ ਆਉਣੀ ਆ, ਤਕਰੀਬਨ 15 ਕੁ ਦਿਨਾਂ ਦੇ ਵਿੱਚ ਇਹ ਵੀ ਕੰਮ ਹੋ ਜਾਣਾ। ਹੁਣ ਅਗਲੇ ਜਿਹੜੇ 10 ਤੋਂ 15 ਦਿਨ ਨਾ, 10-15 ਦਿਨਾਂ ਦੇ ਵਿੱਚ ਇਹ ਵਾੜੇ ਸਾਰੇ ਬਣ ਜਾਣੇ ਆ। ਵੈਸੇ ਤਾਂ ਇੱਥੇ ਮੰਡੀ ਆ ਕੇ ਕਰਨ ਨੂੰ ਕੁਛ ਖਾਸ ਨਹੀਂ ਹੁੰਦਾ, ਮੁੰਡੇ ਛੁੰਡੇ ਹੈ ਵਾ, ਬੰਦੇ ਹੈ ਨੇ ਜਿਹੜੇ ਕੰਮ ਕੁੰਮ ਆਪਣੇ ਆਪ ਹੀ ਕਰਦੇ ਰਹਿੰਦੇ ਆ। ਪਸ਼ਬੀਰ ਉਹਨਾਂ ਨੇ ਰੱਖੇ ਨੇ ਸਾਰੇ, ਇਹਨਾਂ ਨੂੰ ਦੱਸੇ ਕਿ ਤੁਹਾਡਾ ਕੰਮ ਆ, ਤੁਸੀਂ ਆਹ ਕਰਾਉਣਾ, ਤੁਸੀਂ ਆਹ ਕਰਾਉਣਾ, ਪਰ ਫਿਰ ਵੀ ਕੋਈ ਵੀ ਆਹ ਕੰਮ ਅਗਰ ਸਿਰ 'ਤੇ ਨਾ ਹੋਵੋ ਤਾਂ ਕੋਈ ਨਹੀਂ ਕੰਮ ਕਰਦਾ, ਤਦ ਕਰਕੇ ਇੱਥੇ ਮੰਡੀ ਰੋਜ਼ ਆਉਣਾ ਪੈਂਦਾ। ਆ ਦੇਖਣ ਦਿਓ ਮੰਡੀ ਤਾਂ ਖਾਲੀ ਹੈ, ਕੋਈ ਵੀ ਨਹੀਂ ਗਾ ਇੱਥੇ। ਬਸ ਹੁਣ ਅੱਜ ਆ ਪਮੈਸ਼ਾਂ ਪਮੂਸ਼ਾਂ ਕਰਵਾਉਣੀਆਂ ਨੇ, ਉਸ ਤੋਂ ਬਾਅਦ ਬੰਦੇ ਆਪੇ ਵਾੜੇ ਵੂੜੇ ਲਾਉਣੇ ਸ਼ੁਰੂ ਕਰ ਦੇਣਗੇ। ਉਹ ਨਿੰਮ ਜੀ ਦੇਖਣ ਦੇ ਹੋ, ਉੱਥੇ ਤੱਕ ਪਾ ਕੇ ਸਾ ਆਹ ਵਿੱਚੋਂ ਆਹ ਵਾਲਾ ਏਰੀਆ ਕੱਢ ਕੇ ਆ, ਜਿਹੜਾ ਟੋਇਆਂ ਛੋਇਆਂ ਵਾਲਾ, ਇੱਥੇ ਤੱਕ ਹਿਸਾਬ ਨਾਲ ਉਹ ਪਮੈਸ਼ ਪਾ ਦਿੱਤੀ ਆ, 99 ਵਾੜੇ ਹੋ ਗਏ। ਪਸ਼ਬੀਰ ਕਹਿੰਦੇ ਆ ਕਿ ਉੱਧਰੋਂ 5 ਵਾੜੇ ਮੈਂ ਛੱਡ ਦਿੰਦਾ ਵਾਂ, ਕਿਉਂਕਿ ਉਹ ਬਹੁਤਾ ਦੂਰ ਚੱਲ ਜਾਂਦਾ ਵਾ, ਕੰਧ ਵੱਲੋਂ 3 ਫੁੱਟ ਰਸਤਾ ਛੱਡ ਕੇ, ਅਤੇ 5 ਵਾੜੇ ਉੱਧਰ ਪਿੱਛੇ ਪਮੈਸ਼ ਕਰਾ ਗਿਆ ਅਤੇ ਇਹ ਹਿਸਾਬ ਪੂਰਾ ਹੋ ਜਾਣਾ, 100 ਵਾੜਾ ਪੂਰਾ ਹੋ ਜਾਣਾ ਵਾ। ਆਹ ਪਮੈਸ਼ ਲੱਗੀ ਆ, ਇਹਦੇ ਦਰਮਿਆਨ ਉਹ ਪਰਲੇ ਪਾਸੇ ਉਹਦਾ ਸਾਰਾ ਏਰੀਆ ਉਹ ਘੁੰਮ ਘੁੰਮਾ ਕੇ, ਉਹ ਪਰਲਾ ਪਾਸਾ ਉਹ ਜਿਹੜੇ ਤੁਹਾਨੂੰ ਦਰਖਤ ਨਜ਼ਰ ਆਉਂਦੇ ਆ ਉੱਥੋਂ ਸ਼ੁਰੂ ਹੋ ਕੇ, ਉਹ ਜਿਹੜਾ ਆਪਣਾ ਨਿੰਮ ਬਣਾ ਉਹ ਤੋਂ 5 ਵਾੜੇ ਉਰੇ ਤੱਕ 100 ਵਾੜਾ ਪੂਰਾ ਹੋ ਜਾਣਾ। ਆਹ ਸਾਹਮਣੇ ਦਫ਼ਤਰ, ਗਰਮੀ ਵੀ ਚੰਗੀ ਰਾਜ ਆ। ਕਰਨ ਕਰਾਉਣ ਨੂੰ ਮੈਂ ਤੁਹਾਨੂੰ ਅੱਗੇ ਦੱਸਿਆ ਹੁੰਦਾ ਕੁਛ ਨਹੀਂ ਗਾ, ਵਾੜਿਆਂ ਦਾ ਰੋਲਾ ਪਿਆ ਸੀਗਾ, ਵਾੜੇ ਗਲਤ ਖਿੱਚਣ ਦੇ ਸੀਗੇ, ਤਦ ਕਰਕੇ ਫਿਰ ਭਾਈ ਸ਼ਬੀਰ ਰੋਡ ਦਾ ਹੀ ਆਇਆ ਆ ਕੇ, ਹੁਣ ਖੁਦ ਪਮੈਸ਼ਾਂ ਕਰਾਉਣ ਦਿਆ ਆਪਣੀ ਮਰਜ਼ੀ ਨਾਲ। 28-28 ਫੁੱਟ ਦੇ ਵਿੱਚ ਰਸਤਾ ਛੱਡਿਆ ਗੱਡੀਆਂ ਵਾਸਤੇ, 28 ਫੁੱਟ ਦਾ ਰਸਤਾ, ਉਹਦਾ ਮਤਲਬ ਕਿ ਵਿੱਚ ਮੰਜੀ ਲਾ ਕੇ ਲੋਕ ਆਪਣਾ ਜਿਹੜਾ ਚਾਰਾ ਚੂਰਾ ਉਹ ਰੱਖ ਲੈਣਗੇ। ਭਾਈ ਸ਼ਬੀਰ ਕਹਿੰਦਾ ਇੰਨੀਆਂ ਗੱਡੀਆਂ ਆਉਣੀਆਂ ਨੇ ਤੂੰ ਜਗ੍ਹਾ ਰਸਤਾ ਤੁਹਾਨੂੰ ਜ਼ਿਆਦਾ ਦੇਣਾ ਚਾਹੀਦਾ ਵਾ, ਤਾਂ ਕਿ ਗੱਡੀ ਆਰਾਮ ਨਾਲ ਲੰਘ ਸਕੇ।
ਆਖਰੀ ਪੰਜਾਂ ਵਾੜਿਆਂ ਦੀ ਬਸ ਫਰਮਾਇਸ਼ ਇੱਥੋਂ ਦੇ ਕੇ ਅਤੇ ਮੁੜ ਕੇ ਆ ਵਾੜਿਆਂ ਵਾਲਾ ਸਿਸਟਮ ਪੂਰਾ ਹੋ ਜਾਣਾ। ਫਾਈਨਲੀ ਜੀ ਵਾੜਿਆਂ ਦਾ ਕੰਮ ਜਿਹੜਾ ਨਾ ਫਰਮਾਇਸ਼ ਦਾ ਉਹ ਤਾਂ ਹੋ ਗਿਆ ਪੂਰਾ। ਆਹ ਪਈਆਂ ਨੇ ਇਹਨਾਂ ਦੇ ਨਾਲ ਵਾੜੇ ਬਣਨੇ ਆ, ਚਾਚਾ ਹਾਬਤ ਅੱਗੇ ਲੱਗਾ ਵਾ ਇਹਨਾਂ ਦੀ ਟੋਚ ਮੁਰੰਮਤ ਕਰਨ ਦਿਆ ਅੰਦਰ ਵਾਲੇ ਪਾਸੇ, ਇਹਨਾਂ ਦੇ ਨਾਲ ਵਾੜੇ ਬੰਨੇ ਆ ਹਲੇ ਅੱਧੇ ਪਚੱਧੇ ਉਹਨਾਂ ਨੇ ਟੋਚ ਮੁਰੰਮਤ ਕਰ ਲਏ, ਪਿੱਛੇ ਉਹ ਨਵੀਂ ਲੱਕੜ ਆਈ ਪਈ ਆ, ਬਾਕੀ ਜਦੋਂ ਲੋੜ ਪਏਗੀ ਹੋਰ ਆਉਂਦੀ ਰਹੇਗੀ ਨਾਲ ਨਾਲ ਹੀ। ਆਹ ਫੱਟੀ ਆ ਸਾਰੀ, ਤੁਸੀਂ ਅੰਦਾਜ਼ਾ ਕਰ ਲਓ ਕਿ ਪਰਮੈਸ਼ਾਂ ਪਰਮੂਸ਼ਾਂ ਕਰਾਉਂਦੇ ਹਾਂ ਵਾੜਿਆਂ ਦੀਆਂ, ਕੰਮ ਕੁੰਮ ਸਿੱਧਾ ਕਰਾਉਂਦੇ ਹਾਂ, ਸ਼ਾਮ ਦੇ 6 ਵੱਜ ਗਏ ਆ। ਆਹ ਚਾਚਾ ਹੈਬਤ ਇਸ ਚਾਚੇ ਨੇ ਆਹ ਸਾਰੇ ਲਾਉਣੇ ਨੇ ਅੱਜ, ਨਾ 100 ਵਾੜਾ ਨਾ ਸਾਰਾ 100 ਵਾੜਾ ਤਿਆਰ ਚਾਚੇ ਨੇ ਕਰਨਾ, ਵਿਚਾਰਾ ਸੁਬਾਹ ਦਾ ਲੱਗਾ ਹੈਂ। ਅੱਛਾ ਉਹ ਮੁੰਡੇ ਨੂੰ ਹੁਣ ਕੀ ਪਤਾ, ਚਾਚਾ ਕਹਿੰਦਾ ਮੁੰਡਾ ਮੇਰਾ ਰਹਿੰਦਾ ਵਾ ਸੋਦੀਆ, ਅਤੇ ਉਹ ਕਹਿੰਦਾ ਵਾ ਕਿ ਤੁਹਾਡਾ ਕੰਮ ਸੌਖਾ ਵਾ, ਵੀਡੀਓ ਬਣਾ ਕੇ ਕਹਿੰਦੇ ਮੇਰੀ ਉਹਨਾਂ ਨੂੰ ਕਾਲ ਦੇ ਕੇ ਉਹਨੂੰ ਪਤਾ ਲੱਗੇ ਕਿ ਕਿੱਡਾ ਕੰਮ ਮੇਰਾ ਸੌਖਾ। ਉਹ ਕਹਿੰਦਾ ਹੁਣ ਉਹਨੂੰ ਕੀ ਪਤਾ ਉੱਥੇ ਪ੍ਰਦੇਸ਼ 'ਚ ਬੈਠਿਆ ਕੰਮ ਉੱਥੇ ਦਾ ਔਖਾ ਕਿ ਇੱਥੇ ਦਾ, ਬਾਕੀ ਉਹ ਵੀ ਵਿਚਾਰਾ ਰਿਸਕ ਕਮਾਉਣ ਗਿਆ, ਇੱਥੇ ਚਾਚਾ ਵੀ ਰਿਸਕ ਕਮਾਉਣ ਦਿਆ। ਦਫ਼ਤਰ 'ਚੋਂ ਮੋਟਰ ਚਲਾ ਕੇ ਆਇਆ, ਆਹ ਇੱਥੇ ਪਾਣੀ ਆਉਂਦਾ ਜੇ ਉਧਰੋਂ ਦਫ਼ਤਰੋਂ ਆਈ ਜਾਣਾ, ਅਤੇ ਆਹ ਇੱਕ ਖੁਰਾ ਜਿਹਾ ਬਣਾਇਆ ਇੱਥੇ ਪਾਣੀ ਵਾਸਤੇ, ਮੂੰਹ ਹੱਥ ਧੋਲਵਾਂ। ਹੁਣ ਉੱਦਾਂ ਤਾਂ ਮੈਂ ਠੰਡਾ ਪਾਣੀ ਪੀ ਕੇ ਆਇਆ ਪਰ ਹੁਣ ਮੂੰਹ ਹੱਥ ਧੋਲਵਾਂ ਬਸ ਹੋ ਗਈ ਹੈ, ਜਿਹਨੂੰ ਬਸ ਨਹੀਂ ਕਹਿੰਦੇ ਉਹ ਬਸ ਹੋ ਗਈ, ਚਿਪ ਚਿਪ ਕਰਨ ਦਿਆ ਪੂਰਾ ਜਿਸਮ ਵੀ ਗਰਮੀ ਦੀ ਵਜ੍ਹਾ ਤੋਂ। ਫਾਈਨਲੀ ਜੀ ਘਰ ਵਾਪਸ ਆ ਗਿਆ ਵਾ, 9 ਵੱਜ ਗਏ ਨੇ, ਹਜੇ ਮੂੰਹ ਹੱਥ ਵੀ ਨਹੀਂ ਧੋਤਾ, ਅਤੇ ਤਾਜ਼ਾ ਅਪਡੇਟ ਇਹ ਆ ਕਿ ਉਹ ਗਰਾਜ 'ਚੋਂ ਚੁੱਕ ਕੇ ਟੀ ਵੀ ਲਾਉਣ 'ਚ ਰੱਖੇ ਨੇ ਪਰਿੰਦੇ, ਅੱਜ ਬਿੱਲੀ ਫਿਰ ਪੈ ਗਈ, ਬਿੱਲੀ ਗਈ ਤਾਂ ਮੁੜ ਕੇ ਬਿੱਲਾ ਪੈ ਗਿਆ ਘਰਦਿਆਂ ਨੇ, ਅੱਜ ਸੋਟੀ ਰੱਖੀ ਸੀ ਲਾਗੇ ਕਿ ਜਿਹੜਾ ਢਾਏ ਚੜ੍ਹ ਜਾਣਾ ਇਹਨਾਂ 'ਚ ਉਹਦੀ ਖੈਰ ਕੋਈ ਨਹੀਂ। ਲਿਹਾਜ਼ਾ ਮੈਂ ਅੱਜ ਦੀ ਵੀਡੀਓ ਕਰ ਰਿਹਾ ਇੱਥੇ ਹੀ ਖਤਮ, ਸੁਬਾਹ ਮੈਂ ਮੰਡੀਆਂ ਛੁੱਟੀ ਕਰਾਂਗਾ, ਸੁਬਾਹ ਕੋਈ ਇਹਨਾਂ ਦਾ ਇਲਾਜ ਕਰਾਉਂਦਾ ਵਾ, ਇਹਨਾਂ ਦਾ ਕੋਈ ਹੱਲ ਕੱਢਦਾ ਇਹਨਾਂ ਨੂੰ ਕੀ ਕਰਨਾ ਵਾ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖੋ, ਮੈਨੂੰ ਦਿਓ ਇਜਾਜ਼ਤ, ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ। ਅੱਲਾ ਹਾਫਿਜ਼।